ਕੀ ਹੋਵੇ ਮੈਨੂੰ ਚੁੰਬਕ ਹੈਗਾ ਆਨਾ ਅਤੇ ਇੱਕ ਹੈਗਾ ਤਾਨਾ 1900 ਦੋਵਾਂ ਨਹੀਂ ਮਿਲਦੇ ਸਾਨੂੰ ਹਾਲੇ ਤੇ, ਬਾਕੀ ਪੂਰੀ ਤਾਂ ਸੇਵਾ ਚੱਲਦੀ ਵੀ ਹੈ ਹਾਲੇ ਤੇ।
ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਜੋ ਪਾਵਨ ਸਰੋਵਰ ਹੈ, ਜਿੱਥੇ ਸੰਗਤਾਂ ਸ਼ਰਧਾ ਸਹਿਤ ਆ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਜਿੱਥੇ ਪਾਵਨ ਦਰਬਾਰ ਦੇ ਦਰਸ਼ਨ ਦੀਦਾਰ ਕਰਦੀਆਂ ਨੇ, ਨਤਮਸਤਕ ਹੁੰਦੀਆਂ ਨੇ, ਉੱਥੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਹਨ। ਪੰਚਮੀ ਦਾ ਵੱਡਾ ਜੋੜ ਮੇਲਾ ਭਰਦਾ ਹੈ। ਪੰਚਮੀ ਦੇ ਜੋੜ ਮੇਲੇ 'ਤੇ ਸੰਗਤਾਂ ਦੂਰ ਦੁਰਾਜ ਤੋਂ ਪਹੁੰਚ ਕੇ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ। ਸੋ ਇਹ ਸਰੋਵਰ ਦੀ ਜਿਹੜੀ ਸੇਵਾ ਹੈ, ਕਾਰ ਸੇਵਾ ਹੋਈ ਨੂੰ ਬਹੁਤ ਲੰਬਾ ਸਮਾਂ, ਤਕਰੀਬਨ 1976-77 ਦੇ ਵਿੱਚ ਪੌੜ ਜਿਹੜੇ ਨੇ ਉਹ ਸਾਫ਼ ਕਰਕੇ ਕੀਤੀ ਗਈ ਸੀ, ਪਰ ਪੂਰਨ ਤੌਰ 'ਤੇ ਨੀਚੇ ਤੱਕ ਜਿਹੜੀ ਸਫਾਈ ਹੈ, ਸੇਵਾ ਹੈ, ਉਹ ਕਾਫ਼ੀ ਲੰਬਾ ਸਮਾਂ ਹੋ ਚੁੱਕਾ ਹੋਈ ਨੂੰ। ਇਸ ਕਰਕੇ ਇਹ ਸਾਰਾ ਕੁਝ ਜ਼ਰੂਰੀ ਜਿਹੜੀ ਹੈ ਸਮਝਦਿਆਂ ਹੋਇਆਂ, ਪ੍ਰਬੰਧ ਵੱਲੋਂ ਇਹ ਕਾਰ ਸੇਵਾ ਜਿਹੜੀ ਕਰਨ ਦਾ ਯਤਨ, ਜਿਹੜਾ ਸੰਗਤਾਂ ਦੀ ਮੰਗ ਵੀ ਸੀ, ਇਹ ਕੀਤਾ ਗਿਆ, ਜਿਸ ਦੇ ਵਿੱਚ ਕਾਰ ਸੇਵਾ ਦੀ ਜੋ ਤਰੀਕ ਹੈ ਉਹ 17 ਮਾਰਚ ਨੂੰ ਨਿਯਤ ਕੀਤੀ ਗਈ।